ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ GK ਦਾ ਲੈਕਚਰ। ਠੀਕ ਹੈ ਜੀ, ਪੰਜਾਬ GK ਦਾ ਲੈਕਚਰ ਲੱਗਣ ਜਾ ਰਿਹਾ ਆਪਣਾ। ਅਤੇ ਕਿਉਂਕਿ ਆਪਾਂ ਤੁਹਾਨੂੰ ਜਿਵੇਂ ਕਹਿੰਦਾ ਟਾਈਮ ਟੇਬਲ ਦੇ ਅਨੁਸਾਰ ਤੁਹਾਨੂੰ ਦੱਸਿਆ ਸੀ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਪਣਾ ਕੰਪਿਊਟਰ ਅਤੇ ਪੰਜਾਬ GK, ਇਹ ਦੋ ਚੀਜ਼ਾਂ ਐਡ ਹੋ ਜਾਣਗੀਆਂ ਕਿਉਂਕਿ ਆਪਣਾ ਸਿਲੇਬਸ ਥੋੜ੍ਹਾ ਜਿਹਾ ਚੀਜ਼ਾਂ ਨੇ ਪਿੱਛੇ ਚੱਲ ਰਿਹਾ ਸੀ, ਬਾਕੀ ਆਪਣੇ ਸਾਰੇ ਲੈਕਚਰ ਪੂਰੇ ਵਧੀਆ ਚੱਲ ਰਹੇ ਸੀ। ਠੀਕ ਹੈ ਜੀ, ਅਤੇ ਪੰਜਾਬ GK ਆਪਾਂ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ, ਅਤੇ ਬਾਕੀ ਜਿਹੜੇ ਨੋਟਸ ਹੋਣਗੇ ਉਹ ਤੁਹਾਨੂੰ ਅਲੱਗ ਅਲੱਗ ਮਿਲਦੇ ਰਹਿਣਗੇ, ਜਿਵੇਂ ਆਪਣੇ ਦਸੇ ਗੁਰੂਆਂ ਬਾਰੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਸਾਰੀ ਮਿਲੂਗੀ। ਠੀਕ ਹੈ, ਉਹਨਾਂ ਦੇ ਨੋਟਸ ਤੁਹਾਨੂੰ ਅਲੱਗ ਮਿਲਣਗੇ PDF ਪੰਜਾਬ GK ਦੇ ਵਿੱਚੋਂ, ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਵਾਊਂਗਾ ਮੈਂ। ਅਤੇ ਆਹ ਇੱਕ PDF ਹੈ ਬੱਚਿਓ, ਇਹ ਆਪਣਾ ਨਹੀਂ ਹੈਗਾ PDF, ਇਹ ਮੈਂ ਚੈਨਲ ਆਪਣਾ ਸਟੱਡੀ ਇੰਡੀਅਨ ਇਨਫੋ ਉਹਨਾਂ ਤੋਂ ਲਿੱਤਾ ਹੈਗਾ ਇਹ PDF। ਠੀਕ ਹੈ ਜੀ, ਮੈਨੂੰ ਵਧੀਆ ਲੱਗਿਆ ਉਹਨਾਂ ਦਾ ਇਹ ਕੰਟੈਂਟ, ਤਾਂ ਕਰਕੇ ਮੈਂ ਉਹਨਾਂ ਤੋਂ ਲਿੱਤਾ ਸੀ। ਠੀਕ ਹੈ ਜੀ, ਅਤੇ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਆਪਣਾ ਇਹ ਪੰਜਾਬ GK ਦਾ ਲੈਕਚਰ। ਇਹ ਜਿਹੜਾ PDF ਹੈ ਬੱਚੇ, ਉਹਦੇ 'ਚ ਥੋੜ੍ਹੀਆਂ ਜਿਹੀਆਂ ਮਹੱਤਵਪੂਰਨ ਗੱਲਾਂ ਹੈਗੀਆਂ ਜਿਹੜੀਆਂ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਨੇ। ਠੀਕ ਹੈ ਜੀ, ਤਾਂ ਉਹ ਆਪਾਂ ਬਿਲਕੁਲ ਵੀ ਸਕਿੱਪ ਨਹੀਂ ਕਰਨੀਆਂ। ਬਾਕੀ ਜਿਹੜੀਆਂ ਅਗਲੀਆਂ ਚੀਜ਼ਾਂ ਰਹੀਆਂ ਉਹ ਤੁਹਾਨੂੰ ਮੈਂ ਜਿਵੇਂ ਅੱਗੇ ਆਪਣੇ PDF ਆਉਂਦੇ ਉਸ ਹਿਸਾਬ 'ਤੇ ਤੁਹਾਨੂੰ ਮੈਂ ਸਾਰਾ ਕੁਝ A to Z ਕੰਪਲੀਟ ਕਰਵਾ ਦੂੰਗਾ। ਅਤੇ ਇੱਕ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਵੀਡੀਓ ਲਾਈਕ ਕਰਦਿਆ ਕਰੋ ਪਲੀਜ਼। ਠੀਕ ਹੈ, ਤੁਹਾਡੇ ਅੱਗੇ ਮਿਹਨਤ ਹੈਗੀ, ਵੀਡੀਓ ਲਾਈਕ ਕਰਦਿਆ ਕਰੋ। ਅੱਧੇ ਬੱਚੇ ਤਾਂ ਬਿਨਾਂ ਕਿਸੇ ਤੋਂ ਵਿਚਾਰੇ ਲਾਈਕ ਕਰ ਦਿੰਦੇ ਆ। ਲਾਈਕ ਦਾ ਸਾਡੇ ਬੱਚੇ ਬਟਨ ਹੁੰਦਾ ਉਹ 'ਤੇ ਓਕੇ ਕਰਦੇ, ਇੱਕ ਸਬਸਕ੍ਰਾਈਬ ਥੱਲੇ ਰੈੱਡ ਜੀ ਲੈ ਉਹ ਆਉਂਦੀ ਹੁੰਦੀ ਡੱਬੀ ਜੀ, ਉਹਦੇ ਉੱਤੇ ਲਿਖਿਆ ਹੁੰਦਾ ਸਬਸਕ੍ਰਾਈਬ, ਉਹ ਕਰਦਿਆ ਕਰੋ। ਜਦੋਂ ਵੀ ਵੀਡੀਓ ਆਪਣੀ ਆਉਂਦੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਜਾ ਕਰੂਗੀ। ਓਕੇ ਜੀ, ਦੇਖੋ ਪੰਜਾਬ GK ਦੇ ਆਪਾਂ ਸ਼ੁਰੂ ਕਰਨ ਲੱਗੇ। ਪੰਜਾਬ GK ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੀ ਐਸਟੈਬਲਿਸ਼ ਕਦੋਂ ਹੋਈ ਸੀ। ਪੰਜਾਬ ਦੀ ਐਸਟੈਬਲਿਸ਼ ਕਦੋਂ ਹੋਈ ਸੀ ਬੱਚੋ? ਪੰਜਾਬ ਬਣਿਆ ਸੀ 1 ਨਵੰਬਰ 1966 ਨੂੰ। ਠੀਕ ਹੈ, ਜੇ ਤਾਂ ਹੱਥੋਂ ਪੁੱਛ ਲੈਣ ਕਿ ਹਰਿਆਣਾ ਕਦੋਂ ਬਣਿਆ ਸੀ, ਹਰਿਆਣਾ ਵੀ ਬਣਿਆ ਸੀ 1 ਨਵੰਬਰ 1966 ਨੂੰ। ਓਕੇ ਜੀ, ਪੰਜਾਬ ਅਤੇ ਹਰਿਆਣਾ 1 ਨਵੰਬਰ 1966 ਨੂੰ ਬਣੇ ਸੀ। ਤੀਸਰਾ, ਪੰਜਾਬ ਤੋਂ ਦੇਖੋ, ਪੰਜਾਬ ਤੋਂ 3 ਸਟੇਟਾਂ ਬਣ ਗਈਆਂ। ਇੱਕ ਤਾਂ ਪੰਜਾਬ ਹੀ ਹੋ ਗਈ, ਦੂਸਰਾ ਹੋ ਗਿਆ ਹਰਿਆਣਾ, ਤੀਸਰਾ ਹੋ ਗਿਆ ਹਿਮਾਚਲ ਪ੍ਰਦੇਸ਼। ਠੀਕ ਹੈ ਬੱਚਿਓ, ਇਹ ਜਿਹੜੀਆਂ ਸਟੇਟਾਂ ਹੈਗੀਆਂ ਇਹ ਆਪਣੀ ਕਹਿੰਦੀਆਂ ਹੈਗੀਆਂ, ਇਹ ਆਪਣੀਆਂ ਪੰਜਾਬ ਦੇ ਵਿੱਚੋਂ ਨਿਕਲੀਆਂ ਹੋਈਆਂ ਸਟੇਟਾਂ ਹੈਗੀਆਂ। ਹਿਮਾਚਲ ਵੀ ਪੰਜਾਬ ਦੀ ਇੱਕ ਭਾਗ ਸੀ, ਪਰ ਬਾਅਦ ਵਿੱਚ ਜਿਹੜੇ 1 ਨਵੰਬਰ 1966 ਨੂੰ ਵੰਡ ਹੋਈ ਤਾਂ ਇਹ 3 ਅਲੱਗ ਅਲੱਗ ਹੋ ਗਏ ਬੱਚਿਓ। ਠੀਕ ਹੈ ਜੀ, ਅਤੇ ਆਹ ਹੋ ਗਿਆ ਭਾਈ ਏਰੀਆ। ਇਹ ਪ੍ਰਸ਼ਨ ਡਾਇਰੈਕਟ ਆਇਆ ਹੋਇਆ ਗਾ ਆਪਣੇ ਸਬ SI ਦੇ ਪੇਪਰ ਦੇ ਵਿੱਚ 2016 ਵਾਲੇ ਦੇ ਵਿੱਚ, ਕਿ ਏਰੀਆ ਕਿੰਨਾ ਗਾ। ਦੇਖੋ ਏਰੀਆ ਜੇ ਤਾਂ ਪੁੱਛ ਲਿਆ ਉਹਨਾਂ ਨੇ 50,362 ਕਿਲੋਮੀਟਰ ਪਰ ਸਕੇਅਰ। ਠੀਕ ਹੈ, ਫਿਰ ਤਾਂ ਇਹ ਲੱਗੂ ਜੇ ਪੁੱਛਣ ਕਿ ਇੰਡੀਆ ਦਾ ਕਿੰਨਾ ਹਿੱਸਾ ਰੋਕਿਆ ਹੋਇਆ ਆਪਾਂ, ਤਾਂ 1.54% ਆਫ ਇੰਡੀਆ ਦਾ ਇੰਨਾ ਹਿੱਸਾ, ਇੰਨਾ ਏਰੀਆ ਬਣਦਾ ਗਾ ਇੰਡੀਆ ਦਾ ਲਾ ਕੇ ਦੇਖੀਏ ਜੇ ਆਪਾਂ। ਓਕੇ ਜੀ, ਅਤੇ ਜੇ ਪੁੱਛਣਾ ਪੋਪੂਲੇਸ਼ਨ, ਪੋਪੂਲੇਸ਼ਨ ਕਿੰਨੀ ਹੈ ਆਪਣੇ, ਦੇਖੋ ਬੱਚੋ ਪੋਪੂਲੇਸ਼ਨ ਹੈਗੀ ਆਪਣੇ 2,02,77,4,236, ਅਤੇ ਸਾਰੀ ਦੁਨੀਆ ਦੇ ਵਿੱਚ ਕਿੰਨੀ ਪਾਪੂਲੇਸ਼ਨ ਦਾ ਏਰੀਆ ਘਿਰਿਆ ਹੋਇਆ ਆਪਾਂ, 2.28%। ਜਿਹੜੇ ਬੱਚੋ ਆਹ ਅੰਕੜੇ ਆ ਇਹ ਵੀ ਯਾਦ ਰੱਖਣੇ ਨਾਲ, ਜੇ ਤਾਂ ਪੁੱਛ ਲਿਆ ਕਿ ਜਿਹੜਾ ਆਪਣਾ ਏਰੀਆ ਹੈਗਾ, ਠੀਕ ਹੈ ਜੀ, ਏਰੀਆ ਜਿਹੜਾ ਆਪਣਾ ਆਪਾਂ ਪੰਜਾਬ ਦਾ ਹੈਗਾ, ਉਹਨੇ ਸਾਰੀ ਦੁਨੀਆ ਦਾ ਕਿੰਨਾ, ਇੰਡੀਆ ਦਾ, ਸਾਰੇ ਇੰਡੀਆ ਦਾ ਕਿੰਨਾ ਏਰੀਆ ਘਿਰਿਆ ਹੋਇਆ, ਤਾਂ ਉਹਨੇ ਘਿਰਿਆ ਹੋਇਆ 1.54% ਹਿੱਸਾ ਆਪਣਾ ਏਰੀਆ। ਜਿਵੇਂ ਆਹ ਦੇਖੋ ਆਹ ਆਪਣਾ ਸਾਰਾ ਭਾਰਤ ਹੈਗਾ, ਇਹਦੇ ਵਿੱਚ ਇੰਨਾ ਕੁ ਹਿੱਸਾ ਆਪਾਂ ਪੰਜਾਬ ਨੇ ਘਿਰਿਆ ਹੋਇਆ। ਠੀਕ ਹੈ ਜੀ, ਅਤੇ ਦੂਸਰਾ ਜਿਹਾ ਗੱਲ ਜੇ ਉਹਨਾਂ ਨੇ ਪੁੱਛਣੀ ਪਾਪੂਲੇਸ਼ਨ ਦੇ ਹਿਸਾਬ 'ਤੇ ਇੰਡੀਆ ਨੇ ਇੰਡੀਆ ਦੇ ਵਿੱਚ ਪੰਜਾਬ ਦਾ ਕਿੰਨਾ ਕੁ ਯੋਗਦਾਨ ਹੈ, ਤਾਂ ਉਹ ਹੈਗਾ 2.28%। ਅਤੇ ਆਪਣੀ ਜਿਹੜੀ ਆਹ ਪਾਪੂਲੇਸ਼ਨ ਹੈ ਬੱਚੋ, ਜਿਹੜੀ ਰਿਕਾਰਡ ਸੈਂਸਸ ਰਿਕਾਰਡ ਕੀਤੇ ਗਏ ਹੈ, ਇਹ 2011 ਦੇ ਅਕੋਰਡਿੰਗ ਚੱਲ ਰਹੇ ਹੈ। ਠੀਕ ਹੈ, 2011 ਦੀ ਜਿਹੜੀ ਆਪਣੀ ਜਨਸੰਖਿਆ ਦੀ ਗਿਣਤੀ ਹੋਈ ਸੀ ਉਹਦੇ ਅਨੁਸਾਰ ਹੀ ਚੱਲ ਰਿਹਾ, ਉਸ ਤੋਂ ਬਾਅਦ ਹਜੇ ਤੱਕ ਆਪਣੀ ਕੋਈ ਨਹੀਂ ਹੋਈ। ਠੀਕ ਹੈ ਜੀ, ਅਤੇ ਇਹ ਚੀਜ਼ ਤੁਹਾਨੂੰ ਕਨਫਰਮ ਹੋ ਗਈ। ਤੁਸੀਂ ਇੱਕ ਦੂਸਰੀ ਗੱਲ, ਲੈਟੀਟਿਊਡ ਅਤੇ ਲੌਂਗੀਟਿਊਡ, ਇਹ ਚੀਜ਼ਾਂ ਦੇ ਵਿੱਚ ਬੱਚੇ ਫਰਕ ਹੁੰਦਾ। ਲੈਟੀਟਿਊਡ ਤਾਂ ਹੁੰਦਾ ਗਾ ਆਹ, ਲੌਂਗੀਟਿਊਡ ਸੱਚ, ਅਤੇ ਲੈਟੀਟਿਊਡ ਹੁੰਦਾ ਆਹ। ਓਕੇ ਜੀ, ਓਕੇ ਜੀ, ਦੇਖੋ ਜਿਹੜਾ ਲੈਟੀਟਿਊਡ ਹੁੰਦਾ ਬੱਚੋ, ਇਹ 'ਚ ਲਿਖਿਆ ਵਾ ਨੌਰਥ ਟੂ ਨੌਰਥ, ਇਹਨੂੰ ਆਪਾਂ ਲੈਟੀਟਿਊਡ ਕਹਾਂਗੇ। ਇਹਨੂੰ ਆਪਾਂ ਕੀ ਕਹਾਂਗੇ, ਜਿਹੜਾ ਲੰਬੇ ਲੋਟ ਹੈ ਇਹਨੂੰ ਕਹਾਂਗੇ ਆਪਾਂ ਲੌਂਗੀਟਿਊਡ। ਓਕੇ ਜੀ, ਆਹ ਲੌਂਗੀਟਿਊਡ ਹੋ ਗਿਆ, ਆਹ ਹੋ ਗਿਆ ਆਪਣਾ ਲੈਟੀਟਿਊਡ। ਕਈ ਵਾਰ ਭੁਲੇਖਾ ਪੈ ਜਾਂਦਾ, ਦੇਖਣ 'ਚ ਆਪਾਂ ਨੂੰ ਇਹ ਲੱਗਦਾ, ਪਰ ਆਹ ਲੌਂਗੀਟਿਊਡ ਹੈ, ਚਾਹ ਕੀ ਹੈ ਬੱਚੋ, ਲੈਟੀਟਿਊਡ ਹੈ।
ਦੇਖੋ ਇਹ ਕਿੰਨਾ ਗਾ ਜਿਹੜਾ ਆ ਹੈਗਾ ਬੱਚੋ, ਇਹ 73.65 ਈਸਟ ਅਤੇ 76.50 ਐਸ ਲੋਟ ਆ ਗਿਆ ਇਹਨਾਂ ਦਾ, ਠੀਕ ਹੈ। ਇਸ ਤੋਂ ਬਾਅਦ ਜਿਹੜਾ ਦੂਸਰਾ ਹੋ ਗਿਆ ਉਹਦਾ ਇੱਕ ਸਿਰਾ 32-32 ਹੋ ਜਾਊਗਾ ਅਤੇ ਇੱਕ ਸਿਰਾ ਹੋ ਜਾਊਗਾ ਬੱਚੋ ਉਹਦਾ 29-30। ਇਹ ਤੁਸੀਂ ਆਪਦੇ ਆਪ ਕਰ ਲਿਓ, 29-30 ਅਤੇ 32-32, ਠੀਕ ਹੈ ਜੀ। ਇਹ ਹੋ ਗਿਆ ਏਰੀਆ। ਅਤੇ ਇਸ ਤੋਂ ਬਾਅਦ ਆਪਣਾ ਆ ਗਿਆ ਫੋਰੈਸਟ ਏਰੀਆ। ਫੋਰੈਸਟ ਏਰੀਆ ਦਾ ਮਤਲਬ ਕੀ ਹੁੰਦਾ ਬੱਚੋ, ਕਿ ਜਿਹੜਾ ਆਪਣਾ ਜੰਗਲ ਹੈ, ਪੰਜਾਬ ਦੇ ਵਿੱਚ ਜੰਗਲਾਂ ਨੇ ਕਿੰਨਾ ਏਰੀਆ ਘੇਰਿਆ ਹੋਇਆ, ਉਹ ਘੇਰਿਆ ਹੋਇਆ ਬੱਚੋ 6.12% ਜਿਹੜਾ ਏਰੀਆ ਹੈਗਾ ਉਹ ਜੰਗਲਾਂ ਨੇ ਘੇਰਿਆ ਹੋਇਆ ਆਪਣੇ ਪੰਜਾਬ ਦੇ ਵਿੱਚ। ਇਸ ਤੋਂ ਬਾਅਦ ਆ ਗਿਆ ਲਾਰਗੈਸਟ, ਸਭ ਤੋਂ ਜ਼ਿਆਦਾ ਜੰਗਲ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਜਾਂ ਕਿਹੜੇ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਬੱਚੋ ਹੈਗਾ ਹੁਸ਼ਿਆਰਪੁਰ ਦੇ ਵਿੱਚ। ਦੇਖੋ ਇਹ ਟ੍ਰਿਕ ਨਾਲ ਕਿਵੇਂ ਯਾਦ ਕਰਾਂਗੇ, ਜਿਹੜੇ ਜੰਗਲ ਆ ਬੱਚੋ ਇਹਨਾਂ ਤੋਂ ਆਪਾਂ ਨੂੰ ਕੀ ਮਿਲਦੀ ਆ, ਆਕਸੀਜਨ ਮਿਲਦੀ ਆ, ਠੀਕ ਹੈ ਜੀ। ਬਾਕੀ ਜਿਹੜਾ ਆਪਣਾ ਟੈਂਪਰੇਚਰ, ਆਪਣੇ ਪੰਜਾਬ ਦਾ ਟੈਂਪਰੇਚਰ ਜਾਂ ਆਪਣੇ ਏਰੀਏ ਦਾ ਟੈਂਪਰੇਚਰ ਉਹ ਵੀ ਕੰਟਰੋਲ ਰਹਿੰਦਾ ਹੈਗਾ, ਕਾਹਦੇ ਕਰਕੇ ਜੰਗਲਾਂ ਕਰਕੇ। ਹੁਸ਼ਿਆਰਪੁਰ ਦਾ ਲਿਟਰੇਸੀ ਰੇਟ ਵੀ ਸਭ ਤੋਂ ਜ਼ਿਆਦਾ ਹੈਗਾ। ਲਿਟਰੇਸੀ ਰੇਟ ਕਹਿਣ ਦਾ ਮਤਲਬ ਕੀ ਹੈਗਾ ਕਿ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਕਿੱਥੇ ਬੱਚੋ, ਹਰਿਆਣੇ ਦੇ ਇਹਦੇ 'ਚ, ਹੁਸ਼ਿਆਰਪੁਰ ਦੇ ਵਿੱਚ ਹੈਗੇ। ਤਾਂ ਕਰਕੇ ਉਹ ਲੋਕ ਇਹ ਚੀਜ਼ਾਂ ਦੇ ਵਿੱਚ ਵੱਧ ਵਿਸ਼ਵਾਸ ਰੱਖਦੇ ਆ। ਲਾਰਗੈਸਟ ਫੋਰੈਸਟ ਏਰੀਆ ਕਿਹੜਾ ਆਪਣਾ, ਸਭ ਤੋਂ ਜ਼ਿਆਦਾ ਜੰਗਲ ਕਿੱਥੇ ਆ ਨੇ ਆਪਣੇ ਹੁਸ਼ਿਆਰਪੁਰ ਦੇ ਵਿੱਚ। ਪਹਿਲਾਂ ਤਾਂ ਇਹ ਪ੍ਰਸ਼ਨ ਪੁੱਛੇ ਜਾਣ ਲੱਗ ਪਏ, ਹੁਣ ਕਈ ਵਾਰੀ ਨਾ ਇਹ ਸੈਕਿੰਡ ਲਾਰਗੈਸਟ ਏਰੀਆ ਅਤੇ ਥਰਡ ਵੀ ਪੁੱਛ ਸਕਦੇ ਆ, ਠੀਕ ਹੈ। ਹੁਸ਼ਿਆਰਪੁਰ ਤੋਂ ਬਾਅਦ ਆ ਗਿਆ ਰੂਪਨਗਰ, ਰੂਪਨਗਰ ਤੋਂ ਬਾਅਦ ਆ ਗਿਆ ਗੁਰਦਾਸਪੁਰ। ਰੂਪਨਗਰ ਦੇ ਵਿੱਚ ਦੂਜੇ ਨੰਬਰ 'ਤੇ ਜ਼ਿਆਦਾ ਜੰਗਲ ਹੈ ਅਤੇ ਗੁਰਦਾਸਪੁਰ ਦੇ ਵਿੱਚ ਤੀਜੇ ਨੰਬਰ 'ਤੇ ਜ਼ਿਆਦਾ ਜੰਗਲ ਹੈ। ਇਸ ਤੋਂ ਬਾਅਦ ਆਪਣੀ ਪਾਪੂਲੇਸ਼ਨ ਡੈਂਸਿਟੀ, ਡੈਂਸਿਟੀ ਦਾ ਮਤਲਬ ਹੁੰਦਾ ਬੱਚੋ ਘਣਤਾ, ਸੰਘਣਤਾ, ਠੀਕ ਹੈ। ਘਣਤਾ ਸੰਘਣਤਾ ਇਹ ਅਲੱਗ ਅਲੱਗ ਫਿੱਟ ਹੈ। ਇਹ ਆਪਣੇ ਮਤਲਬ ਕਿੰਨੀ ਹੈ ਪਾਪੂਲੇਸ਼ਨ ਡੈਂਸਿਟੀ ਬੱਚੋ, ਆਪਣੇ 550 ਪਰ ਕਿਲੋਮੀਟਰ ਸਕੇਅਰ ਦੇ ਵਿੱਚ, ਸਕੇਅਰ ਕਿਲੋਮੀਟਰ ਦੀ ਆਪਣੇ ਡੈਂਸਿਟੀ ਹੈ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਕਿਹੜੇ ਜ਼ਿਲ੍ਹੇ ਦੀ ਹੈ ਬੱਚੋ, ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈਗੀ ਹੈ ਲੁਧਿਆਣਾ ਦੀ। ਅਤੇ ਸਭ ਦੇਖੋ ਡੈਂਸਿਟੀ ਦੀ ਗੱਲ ਕਰ ਰਿਹਾ ਬੱਚੋ ਉਹ ਘਣਤਾ, ਇੱਥੇ ਉਲਝਣਾ ਨਹੀਂ। ਘਣਤਾ ਦਾ ਕੀ ਮਤਲਬ ਹੁੰਦਾ, ਦੇਖੋ ਜ਼ਿਆਦਾ ਲਾਰਗੈਸਟ ਡੈਂਸਿਟੀ ਅਤੇ ਸਮਾਲੈਸਟ ਡੈਂਸਿਟੀ, ਇਹਦੇ 'ਚ ਮਤਲਬ ਕੀ ਹੁੰਦਾ। ਡੈਂਸਿਟੀ ਦਾ ਮਤਲਬ ਘਣਤਾ, ਜਿੱਥੇ ਦਾ ਸਭ ਤੋਂ ਸੰਘਣੇ ਲੋਕ ਰਹਿੰਦੇ ਆ, ਸੰਘਣੇ ਲੋਕ ਦਾ ਸਮਝੋ ਕਿ ਜਿੱਥੇ ਬਹੁਤ ਘੱਟ ਸਪੇਸ ਪਏ, ਲੋਕਾਂ ਦੇ ਨਾਲ ਨਾਲ ਘਰ ਹੈਗੇ, ਥੋੜ੍ਹੀ ਥੋੜ੍ਹੀ ਵਿੱਥ 'ਤੇ ਲੋਕ ਰਹਿੰਦੇ ਆ, ਤਾਂ ਉਹ ਤਾਂ ਹੈਗਾ ਪੰਜਾਬ ਦਾ ਆਪਣਾ ਲੁਧਿਆਣਾ ਬੱਚਿਓ, ਲੁਧਿਆਣਾ, ਜਿੱਥੇ ਲੋਕ ਬਿਰਲੇ ਬਿਰਲੇ ਰਹਿੰਦੇ, ਜਿਵੇਂ ਕਿ ਬਸੋ ਤਾਂ ਹੈਗੀ ਉੱਥੇ, ਪਰ ਕੋਈ ਘਰ ਇੱਥੇ ਖੁੱਲ੍ਹੇ ਖੁੱਲ੍ਹੇ ਘਰ ਆ ਜਿੱਥੇ, ਸਮਝ ਕੇ ਗੱਲ, ਕਿ ਏਰੀਆ ਵੱਡਾ ਗਾ ਕਿ ਥੋੜ੍ਹੀ ਥੋੜ੍ਹੀ ਦੂਰ ਗੈਪ 'ਤੇ, ਜ਼ਿਆਦਾ 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 ਗੈਪ 'ਤੇ ਲੋਕਾਂ ਦੇ ਘਰ ਨੇ, ਉਹਨੂੰ ਆਪਾਂ ਕਹਿ ਦਿੰਦੇ ਉੱਥੇ ਸਮਾਲੈਸਟ ਡੈਂਸਿਟੀ ਹੈ। ਜਿੱਥੇ ਲਾਰਗੈਸਟ ਡੈਂਸਿਟੀ ਹੋ ਗਈ ਉੱਥੇ ਸੰਘਣੇ ਲੋਕ ਰਹਿੰਦੇ ਆਪਸ ਦੇ ਵਿੱਚ, ਜਿਹਦੇ ਸਮਾਲੈਸਟ ਉੱਥੇ ਬਿਰਲੇ ਬਿਰਲੇ, ਠੀਕ ਹੈ, ਯਾਦ ਰੱਖਣਾ ਲੁਧਿਆਣਾ ਅਤੇ ਮੁਕਤਸਰ। ਲਿਟਰੇਸੀ ਰੇਟ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ, ਲਿਟਰੇਸੀ ਰੇਟ ਕਿੰਨਾ ਆਪਣਾ, 70.7% 70.7% ਆਪਣਾ ਲਿਟਰੇਸੀ ਰੇਟ। ਇਸ ਤੋਂ ਬਾਅਦ ਜਿਹੜਾ ਲਾਰਗੈਸਟ ਲਿਟਰੇਸੀ ਰੇਟ ਹੈ, ਲਾਰਗੈਸਟ ਉਹਦਾ ਹੈਗਾ ਬੱਚੋ ਹੁਸ਼ਿਆਰਪੁਰ ਦਾ, ਇਹ ਤੁਹਾਨੂੰ ਦੱਸ ਕੇ ਗਿਆ। ਹੁਸ਼ਿਆਰਪੁਰ ਦੇ ਵਿੱਚ ਕਿੰਨੇ ਲੋਕ ਪੜ੍ਹੇ ਲਿਖੇ ਹੈ, 86%। ਅਤੇ ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਕਿੱਥੇ ਹੁੰਦੇ ਆ, ਮਾਨਸਾ ਦੇ ਲੋਕ ਸਭ ਤੋਂ ਘੱਟ ਪੜ੍ਹੇ ਲਿਖੇ ਹੈ। ਇਹ 2012 ਦੇ ਅੰਕੜੇ ਵਿੱਚੋਂ 62.8%, ਓਕੇ ਜੀ। ਅਤੇ ਇਹ ਗੱਲਾਂ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ। ਇਹ ਤੋਂ ਬਾਅਦ ਆ ਗਈ ਸੈਕਸ ਰੇਸ਼ੋ, ਸੈਕਸ ਰੇਸ਼ੋ ਕਿੰਨੀ ਹੈ ਬੱਚਿਓ ਆਪਣੀ, 893 ਹੈ 1000 ਦੇ ਪਿੱਛੇ, ਠੀਕ ਹੈ। 1000 ਬੰਦਿਆਂ ਪਿੱਛੇ 893 ਔਰਤਾਂ ਗਈਆਂ। ਇਸ ਤੋਂ ਬਾਅਦ ਸੈਕਸ ਰੇਸ਼ੋ ਬੱਚਿਆਂ ਦੀ, ਜਿਹੜੇ 0-6 ਦੇ ਏਜ ਦੇ ਵਿੱਚ ਗਰੁੱਪ ਦੇ ਵਿੱਚ ਬੱਚੇ ਆਉਂਦੇ ਆ, ਉਹਨਾਂ ਦੀ ਸੈਕਸ ਰੇਸ਼ੋ ਕੀ ਹੈ, ਉਹਨਾਂ ਦੇ ਵਿੱਚ 846 ਕੁੜੀਆਂ ਮੰਗ ਰਹੇ, 111 ਬੱਚੇ, ਠੀਕ ਹੈ ਜੀ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਸੈਕਸ ਰੇਸ਼ੋ ਕਿੱਥੇ ਹੈ, ਸਭ ਤੋਂ ਜ਼ਿਆਦਾ ਸੈਕਸ ਰੇਸ਼ੋ ਕਿੱਥੇ, ਜਿੱਥੇ ਕਿ ਮਤਲਬ ਮੁੰਡੇ ਅਤੇ ਕੁੜੀਆਂ ਦਾ ਗੈਪ ਥੋੜ੍ਹਾ ਸਭ ਤੋਂ ਘੱਟ ਹੈਗਾ, ਉਹ ਹੈਗਾ ਵਿੱਚ ਹੁਸ਼ਿਆਰਪੁਰ ਦੇ ਵਿੱਚ। ਅਤੇ ਸਭ ਤੋਂ ਘੱਟ ਗੈਪ, ਵੱਧ ਜ਼ਿਆਦਾ ਗੈਪ ਕਿਤੇ ਉਲਟ ਹੈ ਇਹਦੇ ਵਿੱਚ। ਲਾਰਗੈਸਟ ਗੈਪ ਦਾ ਮਤਲਬ ਇਹ ਹੈਗਾ ਕਿ ਜ਼ਿਆਦਾਤਰ ਲੋਕ ਇੱਕ ਦੂਜੇ ਦੇ ਮਤਲਬ ਮੁੰਡੇ ਕੁੜੀਆਂ ਦੇ ਗਿਣਤੀ ਦੇ ਵਿੱਚ ਕੋਈ ਬਾਹਲਾ ਫਰਕ ਨਹੀਂ ਹੈਗਾ। ਸਮਾਲਿਸਟ ਦੇ ਵਿੱਚ ਗਿਣਤੀ 'ਚ ਜ਼ਿਆਦਾ ਫਰਕ ਹੈ ਕਿ ਮਤਲਬ ਮੁੰਡੇ ਘੱਟ ਹੈ ਬਠਿੰਡੇ 'ਚ, ਕੁੜੀਆਂ ਮੁੰਡੇ ਵੱਧ ਆ, ਕੁੜੀਆਂ ਘੱਟ ਨੇ, ਓਕੇ ਜੀ। ਇਸ ਤੋਂ ਬਾਅਦ ਆ ਗਿਆ ਸਭ ਤੋਂ ਜ਼ਿਆਦਾ ਬੱਚੋ ਪਾਪੂਲੇਸ਼ਨ ਕਿਹੜੇ ਜ਼ਿਲ੍ਹੇ ਦੀ ਹੈ, ਲੁਧਿਆਣਾ ਦੀ। ਸਭ ਤੋਂ ਘੱਟ ਪਾਪੂਲੇਸ਼ਨ ਕਿਹੜੀ ਹੈ ਬਰਨਾਲੇ, ਦੇਖੋ ਡੈਂਸਿਟੀ ਦੇ ਵਿੱਚ ਫਰਕ ਪੈ ਜਾਂਦਾ ਜਾ ਕੇ, ਡੈਂਸਿਟੀ ਦੇ ਵਿੱਚ ਕੀ ਫਰਕ ਪੈ ਜਾਂਦਾ ਘਣਤਾ ਦੇ ਵਿੱਚ ਜਾ ਕੇ। ਉੱਥੇ ਲਾਰਗੈਸਟ ਤਾਂ ਹੀ ਰਹੂਗਾ ਸਾਰਿਆਂ 'ਚ, ਏਰੀਆ ਵਾਈਜ਼ ਵੀ ਲੁਧਿਆਣਾ ਵੱਡਾ ਰਹੂਗਾ, ਪਾਪੂਲੇਸ਼ਨ ਮੁਤਾਬਕ ਵੀ ਲੁਧਿਆਣਾ ਵੱਡਾ ਰਹੂਗਾ, ਡੈਂਸਿਟੀ ਮੁਤਾਬਕ ਵੀ ਲੁਧਿਆਣਾ ਹੀ ਵੱਡਾ ਰਹੂਗਾ। ਅਤੇ ਜੇ ਆਪਾਂ ਜੇ ਇੱਥੇ ਡੈਂਸਿਟੀ ਹੁੰਦੀ ਫਿਰ ਤਾਂ ਆਪਾਂ ਲਾਉਂਦੇ ਮੁਕਤਸਰ, ਪਰ ਇਹਨੇ ਇਹ ਪੁੱਛਿਆ ਕਿ ਪਾਪੂਲੇਸ਼ਨ ਘੱਟ ਹੈਗੀ, ਤਾਂ ਉਹ ਕਹਿੰਦੀ ਹੈ ਬਰਨਾਲੇ ਦੀ ਪਾਪੂਲੇਸ਼ਨ ਘੱਟ ਹੈ। ਲਾਰਗੈਸਟ ਜ਼ਿਲ੍ਹਾ ਕਿਹੜਾ ਆਪਣਾ ਏਰੀਏ ਦੇ ਵਾਈਜ਼, ਮੋਹਾਲੀ, ਲੁਧਿਆਣਾ। ਅਤੇ ਸਮਾਲਿਸਟ ਜ਼ਿਲ੍ਹਾ ਕਿਹੜਾ ਆਪਣਾ ਅਕੋਰਡਿੰਗ ਟੂ ਮੋਹਾਲੀ, ਦੇਖੋ ਮੈਕਸੀਮਮ ਡਿਸੇਡ ਗਰੋਥ, ਮਿਨੀਮਮ ਡਿਸਟੇਡ
ਡਿਕੇਡ ਗਰੋਥ, ਇਹਦਾ ਕੀ ਮਤਲਬ ਬੱਚੋ? ਇਹਦਾ ਮਤਲਬ ਇਹ ਹੈਗਾ ਕਿ ਸਭ ਤੋਂ ਜ਼ਿਆਦਾ ਜਿਹੜੀ ਗਰੋਥ ਕੀਤੀ ਹੈ ਉਹ ਤਾਂ ਕੀਤੀ ਹੈ ਮੋਹਾਲੀ ਨੇ, ਠੀਕ ਹੈ, ਸਭ ਤੋਂ ਜ਼ਿਆਦਾ ਗਰੋਥ ਕੀਤੀ ਹੈ ਬੱਚੋ ਮੋਹਾਲੀ ਨੇ, ਅਤੇ ਸਭ ਤੋਂ ਘੱਟ ਜਿਹੜੀ ਗਰੋਥ ਕੀਤੀ ਹੈ ਉਹ ਕੀਤੀ ਹੈ ਨਵਾਂ ਸ਼ਹਿਰ ਨੇ। ਨੌਦਰ ਨੇਮ ਕੀ ਹੈ ਮੋਹਾਲੀ ਨੂੰ, ਹੋਰ ਕੀ ਨਾਮ ਕਿਹਾ ਜਾਂਦਾ ਹੈ? SASS ਨਗਰ, ਸ਼ਹੀਦ ਅਜੀਤ ਸਿੰਘ ਨਗਰ। ਅਤੇ ਨਵਾਂ ਸ਼ਹਿਰ ਨੂੰ ਕੀ ਕਿਹਾ ਜਾਂਦਾ? SBS ਨਗਰ, ਸ਼ਹੀਦ ਭਗਤ ਸਿੰਘ ਨਗਰ। ਠੀਕ ਹੈ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੀ ਕਹਿ ਦਿੰਦੇ ਆ। ਇਸ ਤੋਂ ਬਾਅਦ ਆਪਣੇ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹੈਗੀਆਂ? ਲੋਕ ਸਭਾ ਦੀਆਂ ਸੀਟਾਂ ਉਹ ਹੁੰਦੀਆਂ ਬੱਚੋ ਜਿਹੜੀਆਂ ਹੈਗੀਆਂ MP ਚੁਣੇ ਜਾਂਦੇ ਆ, ਮੈਂਬਰ, MP ਦੀ ਫੁੱਲ ਫਾਰਮ ਹੁੰਦੀ ਹੈ ਮੈਂਬਰ ਆਫ ਪਾਰਲੀਮੈਂਟ। ਜਿਵੇਂ ਕਿ ਹੁਣ ਆਪਣੇ ਭਗਵੰਤ ਮਾਨ ਜੀ ਚੁਣੇ ਹੋਏ ਨੇ ਆਮ ਪਾਰਟੀ ਤੋਂ, ਅਤੇ ਦੂਸਰੇ ਪਾਸੇ ਆਪਣੇ ਬਠਿੰਡਾ ਤੋਂ ਹਰਸਿਮਰਤ ਕੌਰ ਜੀ ਸੀ, ਠੀਕ ਹੈ ਨਾ। ਇਹ ਸਾਰੇ ਕੀ ਸੀ? ਇਹ MP ਹੈਗੇ। ਦੇਖੋ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਬੱਚੋ? ਆਪਣੀਆਂ ਰਾਜ ਸਭਾ ਦੀਆਂ ਬੱਚੋ ਸੀਟਾਂ ਹੈਗੀਆਂ 7। ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਵਿੱਚੋਂ? 7 ਸੀਟਾਂ ਹੈਗੀਆਂ ਰਾਜ ਸਭਾ ਦੀਆਂ, ਅਤੇ ਰਾਜ ਸਭਾ ਦਾ ਕਾਰਜਕਾਲ ਵੀ 6 ਸਾਲ ਦਾ ਹੁੰਦਾ ਗਾ। ਸਾਰੀਆਂ ਜਿਹੜੀਆਂ ਮਤਲਬ ਸੀਟਾਂ ਹੈਗੀਆਂ ਸਾਰੇ ਆਪਣੇ ਜਿੰਨੇ ਵੀ ਪਦ ਹੈਗੇ, ਪ੍ਰਧਾਨ ਮੰਤਰੀ ਦਾ, ਰਾਸ਼ਟਰਪਤੀ ਦਾ, MP ਦਾ, MLA ਦਾ, ਸਰਪੰਚ ਦਾ, ਸਾਰਿਆਂ ਦਾ 5 ਸਾਲ ਹੁੰਦਾ। ਇਕੱਲੇ ਰਾਜ ਸਭਾ ਦੇ ਜਿਹੜੇ ਮੈਂਬਰ ਹੁੰਦੇ ਬੱਚੋ ਉਹਨਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ, ਅਤੇ ਰਾਜ ਸਭਾ ਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ। ਰਾਜ ਸਭਾ ਨੂੰ ਕਦੇ ਭੰਗ ਨਹੀਂ ਕੀਤਾ ਜਾ ਸਕਦਾ, ਇਹ ਗੱਲ ਦਿਮਾਗ 'ਚ ਬਿਠਾ ਲਓ। ਕਾਰਜਕਾਲ ਕਿੰਨੇ ਦਾ ਹੁੰਦਾ ਰਾਜ ਸਭਾ ਦਾ? 7 ਸਾਲ ਦਾ ਨਾ 6 ਸਾਲ ਦਾ, ਅਤੇ ਰਾਜ ਸਭਾ ਨੂੰ ਕਦੇ ਭੰਗ ਨਹੀਂ ਕੀਤਾ ਜਾ ਸਕਦਾ। ਅਤੇ 7 ਸੀਟਾਂ ਆਪਣੇ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ, ਇਹ ਡਾਇਰੈਕਟ ਹੀ ਚੁਣੇ ਜਾਂਦੇ ਹੁੰਦੇ ਆ, ਠੀਕ ਹੈ ਜੀ। ਇਸ ਤੋਂ ਬਾਅਦ ਵਿਧਾਨ ਸਭਾ ਦੀਆਂ ਸੀਟੀਆਂ, ਵਿਧਾਨ ਸਭਾ ਦੀਆਂ ਸੀਟਾਂ ਵਿੱਚ ਉਹ ਹੁੰਦੀਆਂ ਜਿਹਦੇ ਵਿੱਚ ਆਪਣੇ MLA ਬਣਦੇ ਆ, ਠੀਕ ਹੈ ਜੀ। ਵਿਧਾਨ ਸਭਾ ਦੀਆਂ ਸੀਟਾਂ ਕਿਵੇਂ ਹੁੰਦੀਆਂ ਜਿਹਦੇ MLA ਬਣਦੇ ਆ? ਓਕੇ ਜੀ। ਇਸ ਤੋਂ ਬਾਅਦ ਆਪਣਾ ਹੈਗਾ ਫਸਟ ਸਪੀਕਰ ਆਫ ਵਿਧਾਨ ਸਭਾ। ਵਿਧਾਨ ਸਭਾ ਸੀ ਜਿਹੜੀ ਆਪਣੀ, ਉਹਦਾ ਫਸਟ ਸਪੀਕਰ ਕੌਣ ਸੀ? ਦੇਖੋ ਇਹਨਾਂ ਨੇ ਇਕੱਲੇ ਪੰਜਾਬ ਦੀ ਗੱਲ ਕੀਤੀ ਹੈ, ਫਸਟ ਸਪੀਕਰ ਦੀ ਗੱਲ ਕੀਤੀ, ਇਹਨਾਂ ਨੇ ਐਂ ਨਹੀਂ ਕਿਹਾ ਕਿ ਨਵੇਂ ਪੰਜਾਬ ਦੇ ਵਿੱਚ ਕੌਣ ਸੀ। ਸਿਰਫ ਇਹ ਫਰਕ ਪਊਗਾ ਜੇ ਪੁੱਛਣ ਨਵੇਂ ਪੰਜਾਬ ਦਾ ਕੌਣ ਸੀ, ਨਵੇਂ ਪੰਜਾਬ ਦਾ CM ਕੌਣ ਸੀ, ਨਵੇਂ ਪੰਜਾਬ ਦਾ ਗਵਰਨਰ ਕੌਣ ਸੀ, ਉੱਥੇ ਫਰਕ ਪਊਗਾ। ਇਹਨਾਂ ਨੇ ਸਿਰਫ ਕੀ ਪੁੱਛਿਆਗਾ ਕਿ ਆਪਣਾ ਫਸਟ ਸਪੀਕਰ ਕੌਣ ਸੀ ਵਿਧਾਨ ਸਭਾ ਦਾ? ਕਪੂਰ ਸਿੰਘ। ਫਸਟ CM ਕੌਣ ਸੀ? ਆਪਣਾ ਗੋਪੀ ਚੰਦ। ਅਤੇ ਫਸਟ ਗਵਰਨਰ ਕੌਣ ਸੀ? ਆਪਣਾ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ। ਦੇਖੋ ਇਹਨਾਂ ਦੋਨਾਂ ਦੇ ਵਿੱਚ ਚੰਦ ਚੰਦ ਆਉਂਦਾ ਹੈਗਾ, ਇਹ ਤੁਸੀਂ ਟਰਿੱਕ ਨਾਲ ਯਾਦ ਕਰ ਲਿਓ। ਜਿਹੜਾ ਗੋਪੀ ਚੰਦ ਸੀ ਇਹਦਾ CM ਸੀ, ਜਿਹੜਾ ਗਵਰਨਰ ਸੀ ਉਹ ਮਤਲਬ ਚੰਦੂ ਲਾਲ ਸੀ। ਓਕੇ ਜੀ। ਕਪੂਰ ਸਿੰਘ ਆਪਣਾ ਪਹਿਲਾ ਵਿਧਾਨ ਸਭਾ ਦਾ ਕੀ ਸੀ? ਸਪੀਕਰ ਸੀ। ਇਸ ਤੋਂ ਬਾਅਦ ਆ ਗਿਆ ਆਪਣਾ ਫਸਟ ਸਪੀਕਰ ਆਫ ਵਿਧਾਨ ਸਭਾ ਨਿਊ ਪੰਜਾਬ। ਠੀਕ ਹੈ ਜੀ। ਨਿਊ ਪੰਜਾਬ ਦਾ ਕੀ ਮਤਲਬ ਹੈ ਕਿ ਪਹਿਲਾਂ ਤਾਂ ਦੇਖੋ ਪਹਿਲਾਂ ਆਪਣੇ ਹੁੰਦੀ ਸੀ ਪੈਪਸੂ, ਉਹ ਡਾਇਰੈਕਟ ਮੈਂ ਤੁਹਾਨੂੰ ਉਹ ਕਰਵਾਊਂਗਾ ਪੈਪਸੂ, ਚੰਗੀ ਤਰ੍ਹਾਂ ਕਰਵਾਊਂਗਾ ਪੈਪਸੂ, ਆਪਾਂ ਅੱਗੇ ਜਾ ਕੇ ਕਰਾਂਗੇ। ਪਹਿਲਾਂ ਆਪਾਂ ਆਹ PDF ਕਲੀਅਰ ਕਰੀਏ, ਫਿਰ ਤੁਹਾਨੂੰ ਦੱਸੂਗਾ PDF ਕਦੋਂ, ਇਹ ਮਤਲਬ ਪੈਪਸੂ ਕਦੋਂ ਬਣਿਆ ਸੀ, ਕਦੋਂ ਪੈਪਸੂ ਨੂੰ ਮਰਜ ਕੀਤਾ ਗਿਆ ਹੈਗਾ। ਠੀਕ ਹੈ ਜੀ। ਜਦੋਂ ਪੈਪਸੂ ਦਾ ਉਦਘਾਟਨ ਕੀਤਾ ਸੀ ਪਟਿਆਲੇ ਦੇ ਵਿੱਚ ਮਹਾਰਾਜਾ ਬਜਿੰਦਰਾਂ ਦੇ ਉਦਘਾਟਨ ਕੀਤਾ ਸੀ, ਠੀਕ ਹੈ, ਉਸ ਸਮੇਂ ਕਿਹਨੇ ਨਾਲ ਇਹਦੀ ਸਹਾਇਤਾ ਕੀਤੀ ਸੀ, ਉਹ ਸਾਰੀਆਂ ਗੱਲਾਂ ਨਾ ਆਪਾਂ ਮਤਲਬ ਉਦੋਂ ਪਟਿਆਲਾ ਰਾਜਧਾਨੀ ਹੁੰਦੀ ਸੀ ਪੈਪਸੂ ਟਾਈਮ, ਅਤੇ ਆਪਾਂ ਸਾਰਾ ਕੁਝ ਕਰਾਂਗੇ ਉਹ ਟਾਈਮ, ਉਹ ਬਾਅਦ ਵਿੱਚ। ਪਹਿਲਾਂ ਆਪਾਂ ਆਹ ਇੰਨੀ ਚੀਜ਼ ਇੱਕ ਵਾਰ ਤੁਸੀਂ ਆਪਣੇ ਦਿਮਾਗ ਥਾਂ ਹੀ ਕੱਢ ਲਓ। ਫਸਟ ਸਪੀਕਰ ਵਿਧਾਨ ਸਭਾ ਦਾ, ਦੇਖੋ ਜਦੋਂ ਨਵਾਂ ਪੰਜਾਬ ਬਣ ਗਿਆ ਸੀ 1966 ਦੇ ਵਿੱਚ ਪੰਜਾਬ ਦੀ ਵੰਡ ਹੋ ਗਈ ਸੀ, ਠੀਕ ਹੈ, ਪਹਿਲਾਂ ਪੰਜਾਬ ਨੂੰ ਪੈਪਸੂ ਕਿਹਾ ਜਾਂਦਾ ਸੀ। ਅਤੇ ਜਦੋਂ 1966 ਦੇ ਵਿੱਚ ਵੰਡ ਹੋ ਗਈ ਸੀ, ਉਹ ਆਪਣਾ ਪਹਿਲਾ ਵਿਧਾਨ ਸਭਾ ਦਾ ਕੌਣ ਸੀ? ਹਰਵੰਸ ਸੀ। ਇਸ ਤੋਂ ਬਾਅਦ CM ਕੌਣ ਬਣਿਆ? ਆਪਣਾ ਗਿਆਨੀ ਗੁਰਮੁਖ ਸਿੰਘ, ਗੁਰਮੁਖ ਸਿੰਘ। ਅਤੇ ਫਸਟ ਗਵਰਨਰ ਕੌਣ ਸੀ ਪੰਜਾਬ ਦਾ? ਆਪਣਾ ਧਰਮਵੀਰ ਸਿੰਘ। ਇਹ ਯਾਦ ਕਰ ਲਓ ਤੁਸੀਂ, ਹਰ ਗੁਰ ਧਰਮ ਨੂੰ ਮੰਨਦਾ ਹੈ, ਹਰ ਗੁਰ ਧਰਮ ਨੂੰ ਮੰਨਦਾ ਹੈ, ਟ੍ਰਿਕ ਨਾਲ ਯਾਦ ਕਰ ਲਓ ਇਹ, ਠੀਕ ਹੈ। ਪਹਿਲੇ ਵਾਲਿਆਂ ਵਿੱਚ ਕਪੂਰ ਸਿੰਘ ਸੀ ਅਤੇ ਚੰਦੂ ਲਾਲ ਅਤੇ ਗੋਪੀ ਚੰਦ। ਆ ਨੋਟ ਵੀ ਲਿਖਿਆ ਹੋਇਆ ਥੱਲੇ ਕਿ ਜਦੋਂ ਇਹ ਗੱਲ ਕਰ ਰਹੇ ਹਾਂ, ਜਿਹੜੀ ਨਿਊ ਪੰਜਾਬ, ਜਦੋਂ ਵੀ ਨਿਊ ਪੰਜਾਬ ਆ ਗਿਆ ਨਾ, ਉਦੋਂ CM ਵੀ ਬਦਲ ਜੂਗਾ, ਉਦੋਂ ਗਵਰਨਰ ਵੀ ਬਦਲ ਜੂਗਾ, CM ਵੀ ਬਦਲ ਜੂਗਾ, ਅਤੇ ਵਿਧਾਨ ਸਭਾ ਦਾ ਸਪੀਕਰ ਵੀ ਬਦਲ ਜੂਗਾ, ਅਤੇ ਗਵਰਨਰ ਵੀ ਬਦਲ ਜੂਗਾ, ਜਦੋਂ ਨਿਊ ਪੰਜਾਬ ਲਿਖਤਾਂ ਵਿੱਚੋਂ ਨਾਲ ਉਹਨਾਂ ਨੇ। ਓਕੇ। ਇਸ ਤੋਂ ਬਾਅਦ ਆ ਗਿਆ ਆਪਣਾ ਸ਼ੋਰਟਡ ਟਾਈਮ ਪੀਰੀਅਡ ਫਰੋਮ ਗਵਰਨਰ ਆਫ ਪੰਜਾਬ। ਉਹ ਗਵਰਨਰ ਦਾ ਨਾਂ ਉਹ ਦੱਸੋ ਗਵਰਨਰ ਜਿਹਦਾ ਮਤਲਬ ਪੰਜਾਬ ਦੇ ਵਿੱਚ ਸਭ ਤੋਂ ਘੱਟ ਟਾਈਮ ਰਿਹਾ ਹੈਗਾ ਗਵਰਨਰ, ਸਭ ਤੋਂ ਸ਼ੋਰਟ ਟਾਈਮ ਤੱਕ ਕਿਹੜਾ ਗਵਰਨਰ ਰਿਹਾ ਆਪਣੇ? ਇਹ ਰਿਹਾ ਵਿੱਚੋਂ ਹੋਕਸ਼ੀ ਸੀਮਾ। ਹੋਕਸ਼ੀ ਸੀਮਾ ਬਹੁਤ ਘੱਟ ਟਾਈਮ ਤੱਕ ਰਿਹਾ। ਇਸ ਤੋਂ ਬਾਅਦ ਆ ਗਿਆ ਡੂਰਿੰਗ ਓਪਰੇਸ਼ਨ ਆਫ ਬਲੂ ਸਟਾਰ ਗਵਰਨਰ ਆਫ ਪੰਜਾਬ। ਜਦੋਂ ਬੱਚੋ ਆਪਣਾ ਕਿਹੜਾ ਹੋਇਆ ਸੀ ਕਾਂਡ? ਬਲੂ ਸਟਾਰ ਓਪਰੇਸ਼ਨ ਹੋਇਆ ਸੀ, ਬਲੂ ਸਟਾਰ ਓਪਰੇਸ਼ਨ ਹੋਇਆ ਸੀ, ਓਪਰੇਸ਼ਨ ਬਲੂ ਸਟਾਰ ਹੋਇਆ ਸੀ ਬੱਚੋ। ਜਦੋਂ ਉਦੋਂ ਕੀ ਚੱਕਰ ਪੈ ਗਿਆ ਸੀ? ਉਦੋਂ ਆਪਣਾ ਭੈਰਵ ਦੱਤ ਪਾਂਡੇ, ਦੇਖੋ ਤੁਸੀਂ ਇੱਕ ਗੱਲ ਹੋਰ ਸੁਣੋ ਕਿ ਸੰਜੇ ਦੱਤ 'ਚ ਵੀ ਕਿੰਨੇ ਕੇਸ ਪਏ ਹੋਏ ਹੈਗੇ, ਠੀਕ ਹੈ ਨਾ।
ਬਹੁਤ ਵੱਡੇ ਵੱਡੇ ਕੇਸ ਪਏ ਹੋਏ 84 ਦੇ ਵੀ ਵਿੱਚ, ਹੋਰ ਵੀ ਕਈ ਅਸਲੇ ਐਕਟ ਵੀ ਪਿਆ ਹੋਇਆ ਤਾਂ ਯਾਦ ਕਰੋ ਦੱਤ। ਤਾਂ ਜਿਵੇਂ ਡੂਰਿੰਗ ਓਪਰੇਸ਼ਨ ਜਿਹੜਾ ਹੋਇਆ ਸੀ ਬਲੂ ਸਟਾਰ ਓਪਰੇਸ਼ਨ ਬੱਚੋ ਹੋਇਆ ਸੀ ਜਦੋਂ ਇਹਦਾ ਘਰ ਵਾਲਾ ਸੀ ਆਪਣਾ ਇੰਦਰਾ ਗਾਂਧੀ ਦਾ ਘਰ ਵਾਲਾ ਸੀ, ਉਹਨੂੰ ਕੀ ਕਰਿਆ ਸੀ ਮਾਰਤਾ ਸੀ, ਠੀਕ ਹੈ। ਉਸ ਤੋਂ ਬਾਅਦ ਉਹਨੇ ਗੁੱਸੇ ਵਿੱਚ ਆ ਕੇ ਅੰਮ੍ਰਿਤਸਰ ਦੇ ਵਿੱਚ ਟੈਂਕ ਚੜ੍ਹਾਤੇ ਸੀ, ਅੰਮ੍ਰਿਤਸਰ ਦੇ ਵਿੱਚ ਟੈਂਕ ਚੜ੍ਹਾਤੇ ਸੀ, ਅੰਮ੍ਰਿਤਸਰ ਜਿਹੜਾ ਆਪਣਾ ਗੁਰਦੁਆਰਾ ਉਹਦੀ ਵਾਹਵਾ ਭੰਨ ਤੋੜ ਕਰਤੀ ਸੀ ਕਾਂਗਰਸ ਦੇ ਟਾਈਮ ਦੇ ਵਿੱਚ, ਠੀਕ ਹੈ ਜੀ, ਕਾਂਗਰਸ ਦੇ ਟਾਈਮ ਦੇ ਵਿੱਚ ਕੀਤੀ ਸੀ ਉਹ ਸਾਰਾ ਕੁਛ 1984 ਦੇ ਵਿੱਚ, ਠੀਕ ਹੈ ਜੀ। ਦੰਗੇ ਹੋਏ ਸੀ ਇਹਦੇ, ਇਦੂ ਬਾਅਦ ਵਧਿਆ ਦੰਗਿਆਂ ਦਾ ਕੰਮ ਵੀ, ਠੀਕ ਹੈ ਜੀ। ਟੈਂਕ ਵਾੜਤੀ ਸੀ ਜਦੋਂ, ਅਤੇ ਆਹੀ ਟਾਈਮ ਸੀ ਜੂਨ ਦਾ ਮਹੀਨਾ ਸੀ, ਠੀਕ ਹੈ, ਜਿਹੜਾ ਹੁਣ ਟਾਈਮ ਚੱਲ ਰਿਹਾ ਇਹੀ ਟਾਈਮ ਸੀ ਉਦੋਂ ਵੀ, ਜਦੋਂ ਅੰਮ੍ਰਿਤਸਰ ਦੇ ਵਿੱਚ 6 ਜੂਨ 1984। ਇਸ ਤੋਂ ਬਾਅਦ ਇਹ ਚੀਜ਼ ਤੋਂ ਹੀ ਬਾਅਦ ਦੰਗੇ ਹੋਏ ਸੀ, ਠੀਕ ਹੈ। ਅਤੇ ਭੈਰਵ ਦੱਤ ਪਾਂਡੇ ਸੀ ਬੱਚੋ ਜਿਹੜਾ, ਅਤੇ ਉਹ ਸੀ ਉਹ ਟਾਈਮ ਦੇ ਵਿੱਚ ਗਵਰਨਰ, ਜਦੋਂ ਬਲੂ ਸਟਾਰ ਓਪਰੇਸ਼ਨ ਹੋਇਆ, ਬਲੂ ਸਟਾਰ ਓਪਰੇਸ਼ਨ ਉਹੀ ਹੈ ਉਹਨੂੰ ਕਹਿ ਦਿੰਦੇ ਆ ਜਦੋਂ ਭਿੰਡਰਾਂ ਵਾਲੇ ਸੰਤ ਜੀ ਦੀ ਵੀ ਸ਼ਹੀਦ ਹੋ ਗਏ ਸੀ, ਅਤੇ ਮਤਲਬ ਉਦੋਂ ਟੈਂਕ ਵਾੜਤੇ ਸੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ। ਬਹੁਤ ਮੰਦਭਾਗੀ ਘਟਨਾ ਹੈਗੀ, ਠੀਕ ਹੈ, ਕਿਸੇ ਇੱਕ ਇਨਸਾਨ ਦੀ ਖਾਤਰ ਮਤਲਬ ਸਾਰੀ ਕੌਮ ਨੂੰ ਜਿਹੜੇ ਬੇਕਸੂਰ ਸੀ ਉਹਨਾਂ ਨੂੰ ਵੀ ਲੇਖੇ ਲਾ ਦੇਣਾ। ਇਸ ਤੋਂ ਬਾਅਦ ਆ ਗਿਆ ਸਟੇਟ ਵਾਰਡ, ਆਪਣਾ ਜਿਹੜਾ ਪੰਛੀ ਆ ਬੱਚਿਓ, ਪੰਛੀ ਆ ਉਹ ਕਿਹੜਾ ਆਪਣਾ ਬਾਜ, ਬਾਜ ਨੂੰ ਆਪਾਂ ਕਿਉਂ ਮੰਨਿਆ, ਕਿਉਂਕਿ ਬਾਜ ਇੱਕ ਇਹੋ ਜਿਹਾ ਪੰਛੀ ਆ ਬੱਚਿਓ ਜਿਹੜਾ ਕਦੇ ਵੀ ਗੁਲਾਮੀ ਮਹਿਸੂਸ ਨਹੀਂ ਕਰਦਾ, ਜਿਵੇਂ ਆਪਣੇ ਪੰਜਾਬੀ ਗੁਲਾਮੀ ਮਹਿਸੂਸ ਨਹੀਂ ਕਰਦੇ ਨਾ, ਜਿਵੇਂ ਜਿਹੜਾ ਇਹ ਬਾਜ ਹੈ ਇਹ ਕਦੇ ਗੁਲਾਮੀ ਮਹਿਸੂਸ ਨਹੀਂ ਕਰਦੇ ਨਾ। ਤੁਸੀਂ ਪਿੰਜਰੇ ਵਿੱਚ ਬੰਦ ਕਰ ਲਉਂਗੇ ਨਾ, ਇਹ 1-2 ਦਿਨਾਂ ਦੇ ਵਿੱਚ ਐਟੋਮੈਟਿਕਲੀ ਆਪਣੇ ਆਪ ਹੀ ਡੈਥ ਹੋ ਜੂਗੀ, ਓਕੇ ਜੀ। ਅਤੇ ਇਹਨੂੰ ਗੱਸ ਹੱਕ ਵੀ ਕਹਿ ਦਿੰਦੇ ਆ। ਇਸ ਤੋਂ ਬਾਅਦ ਆਹ ਆਪਰੇਸ਼ਨ ਤਾਂ ਹਰੇਕ ਪੇਪਰ ਦੇ ਵਿੱਚ SSSB ਦੇ ਪੇਪਰ ਦੇ ਵਿੱਚ ਪੁੱਛੀ ਜਾਂਦਾ, ਹਜੇ ਤੱਕ ਕੋਈ ਪੇਪਰ ਨਾ ਹੋਇਆ ਜਿਹਦੇ ਵਿੱਚ ਉਹਨਾਂ ਨੇ ਆਪਰੇਸ਼ਨ ਨਾ ਪੁੱਛਿਆ ਹੋਵੇ, ਕਿ ਆਪਣਾ ਜਾਨਵਰ, ਆਪਣਾ ਰਾਸ਼ਟਰੀ ਜਾਨਵਰ ਕਿਹੜਾ ਬੱਚੋ, ਆਪਣਾ ਹੈਗਾ ਬਲੈਕ ਵੱਕ, ਜਿਹੜਾ ਕਿ ਕਾਲਾ ਹਿਰਨ ਕਹਿ ਦਿੰਦੇ, ਬਲੈਕ ਵੱਕ ਹੀ ਲਿਖਿਆ ਸਕਦਾ ਹੈਗਾ ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਾਲਾ ਹਿਰਨ ਕਹਿ ਦਿੰਦੇ ਬੱਚੋ, ਇਹ ਕੀ ਇੱਕ ਜਾਨਵਰ ਹੈਗਾ, ਠੀਕ ਹੈ। ਚੀਤਾ ਨਾ ਲਾਇਓ ਕਿਤੇ ਉੱਥੇ ਜਾ ਕੇ, ਠੀਕ ਹੈ ਜੀ। ਜਿਹੜਾ ਆਪਣਾ ਸਟੇਜ ਟ੍ਰੀ ਹੈ ਬੱਚੋ, ਇਹ ਹੈਗਾ ਆਪਣਾ ਸ਼ੀਸ਼ਮ, ਜਿਹਨੂੰ ਆਪਾਂ ਟਾਲੀ ਕਹਿ ਦਿੰਦੇ ਹਾਂ, ਓਕੇ ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਟਾਲੀ। ਇਸ ਤੋਂ ਬਾਅਦ ਆਪਾਂ ਕਰਨ ਲੱਗ ਰਹੇ ਜੀ ਬੱਚੋ ਟੋਟਲ ਬਿਟਲੈਂਡ ਕਿੰਨੀਆਂ, ਆਪਣੇ ਬਿਟਲੈਂਡ ਤੁਹਾਨੂੰ ਕਰਵਾਇਆ ਹੋਇਆ ਮੈਂ। ਬਿਟਲੈਂਡ ਕਿਹਨੂੰ ਕਹਿੰਦੇ ਬੱਚੋ, ਪਤਾ ਕਿਸੇ ਨੂੰ ਬਿਟਲੈਂਡ ਕਿਹਨੂੰ ਕਿਹਾ ਜਾਂਦਾ ਹੈਗਾ, ਜਿਹੜੀਆਂ ਆਪਣੇ ਲੇਕਸ ਨੇ ਇੱਕ ਤਰ੍ਹਾਂ ਦੀਆਂ ਲੇਕਸ ਨੇ, ਸਮਝ ਲਓ ਜਿਵੇਂ ਆਪਾਂ ਕਹਿੰਦੇ ਰਾਮਸਰ ਸਾਈਟ ਹੈ ਇਹ ਆਪਣੀਆਂ, ਕਿਹੜੀਆਂ ਬੱਚੋ ਰਾਮਸਰ ਸਾਈਟ ਆਪਣੀਆਂ, ਇਹ ਰਾਮਸਰ ਸਾਈਟ ਕਿੰਨੀਆਂ ਆ ਗਈਆਂ ਜਿਹੜੀਆਂ ਪਾਣੀ ਨਾਲ ਭਰੀਆਂ ਹੋਈਆਂ ਗੀਆਂ, ਲੇਕ ਨਹੀਂ ਕਹਿ ਸਕਦੇ ਪਾਣੀ ਨਾਲ ਇਹ, ਅਤੇ ਇਹ ਸਾਰੇ 3 ਮੇਨ ਮੇਡ ਹੈ ਇਹ ਆਪਣੇ, ਠੀਕ ਹੈ, ਕੁਦਰਤੀ ਨਹੀਂ ਹੈਗੇ, ਮੈਨ ਮੇਡ ਹੈ। 42 ਰਾਮਸਰ ਸਾਈਟ ਉਹਨਾਂ ਦੇ ਵਿੱਚੋਂ ਇਹ ਪੰਜਾਬ ਦੇ ਵਿੱਚੋਂ 3 ਲਿੱਤੀਆਂ ਗਈਆਂ ਗੀਆਂ ਟੋਟਲ ਬਿਟਲੈਂਡ। ਇਹ ਕਿਹੜੀਆਂ ਕਿਹੜੀਆਂ ਬੱਚੋ, ਸਭ ਤੋਂ ਪਹਿਲਾਂ ਗੱਲ ਕਰਦੇ ਹਰੀਕੇ ਪੱਤਣ, ਜਿਹੜੇ ਹਰੀਕੇ ਪੱਤਣ ਆ ਬੱਚੋ, ਹਰੀਕੇ ਬਿਟਲੈਂਡ ਇਹ ਹੈਗੇ ਤਰਨ ਤਾਰਨ ਦੇ ਵਿੱਚ, ਸਤਲੁਜ ਅਤੇ ਬਿਆਸ ਇਹ ਦਰਿਆਵਾਂ ਦਾ, ਜਿੱਥੇ ਦੇਖੋ ਆਹ ਆ ਗਿਆ ਸਤਲੁਜ, ਆਹ ਹੀ ਆਉਂਦਾ ਬਿਆਸ, ਜਿੱਥੇ ਇਹ ਦੋਨੇ ਜਾਣੇ ਮਿਲਦੇ ਆ ਪੰਜਾਬ ਦੇ ਵਿੱਚ, ਉਹ ਮਿਲਦੇ ਆਪਣੇ ਹਰੀਕੇ, ਇਸੇ ਡਾਇਰੈਕਟ ਆ ਜਾਂਦਾ ਕਿ ਸਤਲੁਜ ਅਤੇ ਬਿਆਸ ਦਾ ਸੰਗਮ ਕਿੱਥੇ ਹੁੰਦਾ, ਇਹ ਹੁੰਦਾ ਆਪਣੇ ਹਰੀਕੇ। ਇਸ ਤੋਂ ਬਾਅਦ ਆ ਗਈ ਆਪਣੀ ਰੋਪੜ ਬਿਟਲੈਂਡ, ਰੋਪੜ ਬਿਟਲੈਂਡ ਕਿੱਥੇ ਆ ਬੱਚੋ, ਰੋਪੜ ਦੇ ਵਿੱਚ ਹੀ ਹੈ। ਇਸ ਤੋਂ ਬਾਅਦ ਆ ਗਈ ਕੰਜਾਲੀ, ਕੰਜਾਲੀ ਕਿੱਥੇ, ਕੱਕੇ ਅਤੇ ਕੰਜਾਲੀ, ਕੱਕੇ ਅਤੇ ਕਪੂਰਥਲਾ। ਜੇ ਪੁੱਛਣ ਟੋਟਲ ਬਿਟਲੈਂਡ ਕਿੰਨੀਆਂ ਆਪਣੇ, 3 ਇਹ ਰਾਮਸਰ ਸਾਈਟਾਂ ਦੇ ਵਿੱਚ ਵੀ ਸ਼ਾਮਿਲ ਕੀਤੀਆਂ ਹੋਈਆਂ। ਇਸ ਤੋਂ ਬਾਅਦ ਆਪਣਾ ਆ ਗਿਆ ਅਗਲਾ ਆ ਗਿਆ ਜੂਲੋਜੀਕਲ ਪਾਰਕ ਕਿੰਨੇ ਆਪਣੇ। ਜੂਲੋਜੀਕਲ ਪਾਰਕ ਦਾ ਮਤਲਬ ਸਮਝ ਲਓ ਕਿ ਜਿਹੜੇ ਜਿੱਥੇ ਚਿੜੀਆਘਰ, ਸਮਝ ਲਓ ਚਿੜੀਆਘਰ ਕਿੰਨੇ ਆਪਣੇ ਪੰਜਾਬ ਦੇ ਵਿੱਚ, 5 ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮਹਿੰਦਰਾ ਦੀ, ਟ੍ਰਿਕ ਦੱਸੂ ਤੁਹਾਨੂੰ ਨਾਲ ਮੈਂ ਯਾਦ ਕਰਨ ਵਾਸਤੇ। ਜਿਹੜੀ ਮਹਿੰਦਰਾ ਚੌਧਰੀ ਜੂਲੋਜੀਕਲ ਪਾਰਕ ਹੈ ਮੰਮੇ ਦੇ ਮਹਿੰਦਰਾ, ਮੰਮੇ ਦੇ ਮੋਹਾਲੀ ਦੇ ਵਿੱਚ ਹੈਗੀ ਹੈ, ਇਹਨੂੰ ਛੱਤਬੀੜ ਵੀ ਕਹਿ ਦਿੰਦੇ ਆ, ਠੀਕ ਹੈ ਜੀ, ਕੀ ਕਹਿ ਦਿੰਦੇ ਇਹਨੂੰ, ਛੱਤਬੀੜ ਕਹਿ ਦਿੰਦੇ ਬੱਚੋ। ਇਸ ਤੋਂ ਬਾਅਦ ਆਪਣਾ ਅੱਗੇ ਆ ਗਿਆ ਟਾਈਗਰ ਸਫਾਰੀ, ਜਿਹੜੀਆਂ ਸਫਾਰੀ ਗੱਡੀਆਂ ਸੀ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਚੱਲੀਆਂ ਸੀ। ਇਸ ਤੋਂ ਬਾਅਦ ਆ ਗਿਆ ਟੀਰ ਡੀਰ ਪਾਰਕ, ਬੀਰ ਮੋਤੀ ਬਾਗ, ਜਦੋਂ ਬੀਰ ਵਿੱਚੋਂ ਜੁੜ ਗਿਆ ਤਾਂ ਪਟਿਆਲਾ ਆਜੂਗਾ, ਜੇ ਇਕੱਲਾ ਡੀਰ ਪਾਰਕ ਆ ਗਿਆ ਫਿਰ ਆਜੂਗਾ ਲੁਧਿਆਣਾ, ਲੁਧਿਆਣੇ ਦੇ ਵਿੱਚ ਕਿਹੜਾ, ਨੀਲੋਨ ਦੇ ਵਿੱਚ। ਅਤੇ ਜੇ ਡੀਰ ਪਾਰਕ ਬੀਰ ਤਲਾਬ ਆ ਗਿਆ, ਦੇਖੋ ਜੇ ਤਾਂ ਬੀਰ ਮੋਤੀ ਬਾਗ ਹੈ, ਮੋਤੀ ਬਾਗ ਤਾਂ ਆਪਾਂ ਨੂੰ ਪਤਾ ਹੀ ਪਟਿਆਲੇ ਦੇ ਵਿੱਚ ਹੈ, ਜੇ ਬੀਰ ਤਲਾਬ ਆ ਗਿਆ ਤਾਂ ਬਠਿੰਡਾ, ਓਕੇ ਜੀ। ਅਤੇ ਨਹੀਂ ਆਪਣਾ ਡੀਰ ਪਾਰਕ ਕਿਹੜਾ ਆ ਗਿਆ ਆਪਣਾ ਨੀਲਨ। ਅੱਜ ਤੁਸੀਂ ਇੰਨੀ ਲੈਕਚਰ ਲਾਓ, ਠੀਕ ਹੈ ਜੀ, ਇਹ ਚੀਜ਼ਾਂ ਚੰਗੀ ਤਰ੍ਹਾਂ ਤੁਸੀਂ ਕਲੀਅਰ ਕਰੋ। ਇਸ ਤੋਂ ਬਾਅਦ ਆਪਾਂ ਕੱਲ੍ਹ ਨੂੰ ਅਗਲਾ ਲੈਕਚਰ ਲਾਵਾਂਗੇ, ਅਤੇ ਉਹਦੇ ਵਿੱਚ ਤੁਹਾਨੂੰ ਕਾਫੀ ਕੁਛ ਕਰਵਾਇਆ ਜਾਊਗਾ ਅੱਗੇ, ਚਲਾਏ ਕਰਦੇ ਹਾਂ ਆਪਾਂ ਆਹ ਵੀ ਕਰ ਹੀ ਲੈਂਦੇ ਹਾਂ, ਫਿਰ ਥੋੜ੍ਹਾ ਥੋੜ੍ਹੇ ਹੋਰ ਹੋ ਜੂਗਾ। ਬੋਟੈਕਨੀਅਲ ਗਾਰਡਨ ਆਫ ਪੰਜਾਬ, ਠੀਕ ਹੈ,
ਬੋਟਾਨੀਕਲ ਗਾਰਡਨ ਆਫ ਪੰਜਾਬ, ਕਿੰਨੇ ਆ ਬੱਚੇ ਆਪਣੇ 5 ਹੈਗੇ ਟੋਟਲ। ਇੱਕ ਤਾਂ ਹੈਗਾ ਬਰਦਾਰੀ, ਬਰਦਾਰੀ ਦਾ ਪਟਿਆਲਾ ਦੇ ਵਿੱਚ ਤੁਸੀਂ ਗਏ ਹੋਵੋਗੇ ਬਰਦਾਰੀ ਤਾਂ। ਆਮ ਖਾਸ ਕਿੱਥੇ ਬੱਚੋ? ਦੇਖੋ ਆਮ ਖਾਸ ਕਿੱਥੇ? ਸਰਹੰਦ ਦੇ ਵਿੱਚ। ਸਰਹੰਦ ਕਿੱਥੇ? ਆਪਣੇ ਫਤਿਹਗੜ੍ਹ ਸਾਹਿਬ। ਕੈਮਾ ਬੋਟਾਨਿਕ ਗਾਰਡਨ ਇਹ ਕਿੱਥੇ ਬੱਚੋ? ਕੱਕੇ ਅਤੇ ਕੈਮਾ, ਕੱਕੇ ਅਤੇ ਕਪੂਰਥਲਾ। ਇਹ ਤੋਂ ਬਾਅਦ ਸ਼ਾਲੀਮਾਰ ਇਹ ਕਿੱਥੇ ਆ? ਕਪੂਰਥਲਾ ਦੇ ਵਿੱਚ। ਰਾਮਬਾਗ ਕਿੱਥੇ ਆ? ਅੰਮ੍ਰਿਤਸਰ ਦੇ ਵਿੱਚ। ਰਾਮਬਾਗ ਵਿੱਚ ਅੰਮ੍ਰਿਤਸਰ ਦੇ ਵਿੱਚ। ਇੱਕ ਵਾਰੀ ਨਾ ਤੁਸੀਂ ਐਂ ਕਰਿਆ ਕਰੋ, ਹੱਥ ਧਰ ਕੇ ਨਾ ਵੀਡੀਓ 'ਤੇ ਯਾਦ ਕਰ ਲਿਆ ਕਰੋ, ਜਾਂ ਵੀਡੀਓ ਰੋਕ ਕੇ, ਜਿਵੇਂ ਬਰਦਾਰੀ ਪਟਿਆਲੇ ਦੇ ਵਿੱਚ ਹੈ, ਆਮ ਖਾਸ ਸਰਹੰਦ ਦੇ ਵਿੱਚ ਹੈ, ਕੈਮਾ ਕਪੂਰਥਲਾ ਦੇ ਵਿੱਚ ਹੈ, ਸ਼ਾਲੀਮਾਰ ਕਪੂਰਥਲਾ ਦੇ ਵਿੱਚ ਹੈ, ਰਾਮਬਾਗ ਅੰਮ੍ਰਿਤਸਰ ਦੇ ਵਿੱਚ ਹੈ। ਓਕੇ ਜੀ, ਇਹ ਸਾਰੇ ਤੁਸੀਂ ਐਜ਼ ਇਟ ਯਾਦ ਕਰਨੇ, ਇਹਦੇ 'ਚ ਕੋਈ ਵੀ ਸਕਿੱਪ ਨਹੀਂ ਕਰਨੀ, ਕਿਉਂਕਿ ਜਿਸ ਤੱਕ ਮੈਨੂੰ ਲੱਗਦਾ ਕਿ ਇਹ ਪੰਜਾਬ ਜੀ ਕੇ 10 ਨੰਬਰਾਂ ਤੋਂ ਅਲੱਗ ਵੀ ਪਾ ਸਕਦੇ ਆ, ਕਿ 10 ਨੰਬਰ ਇਹ ਅਲੱਗ ਤੋਂ ਪੰਜਾਬ ਜੀ ਕੇ ਵੀ ਪਾ ਸਕਦੇ ਆ ਇਹ, ਤਾਂ ਕਰਕੇ ਆਪਾਂ ਜਿਹੜਾ ਸੌਖਾ ਸਬਜੈਕਟ ਉਹਦਾ ਬਿਲਕੁਲ ਵੀ ਨਹੀਂ ਛੱਡਣਾ। ਓਕੇ ਜੀ, ਅਤੇ ਵਿੱਚ ਬੱਚੇ ਕਹਿ ਰਹੇ ਸੀ ਕਿ ਸਰ ਪੇਪਰ ਜਿਹੜਾ ਆਊਗਾ ਉਹ ਜੂਨ ਦੇ ਵਿੱਚ ਆਊਗਾ। ਬੱਚਿਓ ਹਜੇ ਜੂਨ ਦੇ ਵਿੱਚ ਕਿਸੇ ਦਾ ਪੇਪਰ ਨਹੀਂ ਆਉਣਾ, ਉਹ ਹੋਰ ਵੈਕੈਂਸੀਆਂ ਹੈਗੀਆਂ ਉਹਨਾਂ ਦਾ ਹੋਣਾ ਗਾ, ਠੀਕ ਹੈ। ਜੁਲਾਈ ਦੇ ਵਿੱਚ, ਜੁਲਾਈ ਦੇ ਵਿੱਚ ਕਹਿ ਰਹੇ ਸੀ ਸਰ, ਜੂਨ ਤਾਂ ਚੱਲੀ ਜਾਂ, ਜੁਲਾਈ ਦੇ ਵਿੱਚ ਕਹਿ ਰਹੇ, ਜੁਲਾਈ ਦੇ ਵਿੱਚ ਹਜੇ ਕੋਈ ਪੇਪਰ ਨਹੀਂ ਹੋਣਾ। ਜਦੋਂ ਵੀ ਹਜੇ ਤਾਂ ਇਹਨਾਂ ਸਿਲੇਬਸ ਵੀ ਅਪਲੋਡ ਨਹੀਂ ਕੀਤਾ ਆਪਣਾ, ਸਿਲੇਬਸ ਅਪਲੋਡ ਕਰਨ ਤੋਂ ਬਾਅਦ ਵੀ ਆਪਾਂ ਨੂੰ ਹਜੇ ਟਾਈਮ ਮਿਲੂਗਾ ਥੋੜ੍ਹਾ ਮੋਟਾ, ਇੰਨੀ ਤੁਸੀਂ ਟੈਨਸ਼ਨ ਨਾ ਲਿਆ ਕਰੋ। ਜਦੋਂ ਮੈਂ ਜ਼ਿੰਮੇਦਾਰੀ ਲੈ ਲਈ ਸਿਲੇਬਸ ਕਰਵਾਉਣ ਦੀ, ਠੀਕ ਹੈ, ਅਤੇ ਮੂਰਲਿਆਂ ਨੂੰ ਵੀ ਪਤਾ ਹੁੰਦਾ ਕਿ ਉਹਨਾਂ ਨੇ ਜਿਹੜੇ ਮੂਰਲਿਆਂ ਨੇ ਪੋਸਟਾਂ ਕੱਢੀਆਂ ਅਤੇ ਪੇਪਰ ਲੈਣਾ ਹੁੰਦਾ, ਉਹਨਾਂ ਨੇ ਪੇਪਰ ਇਸ ਹਿਸਾਬ 'ਤੇ ਲੈਣਾ ਹੁੰਦਾ ਕਿ ਬੱਚਿਆਂ ਦੀ ਪ੍ਰੀਪਰੇਸ਼ਨ ਹੋ ਜੇ। ਪ੍ਰੀਪਰੇਸ਼ਨ ਵਾਸਤੇ ਜਮਾਂ ਸਹੀ ਟਾਈਮ ਹੁੰਦਾ ਬੱਚੋ 3 ਮਹੀਨੇ, 3 ਮਹੀਨੇ ਹੁੰਦਾ ਪ੍ਰੀਪਰੇਸ਼ਨ ਦਾ ਟਾਈਮ। ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਚਾਹੁੰਦੇ ਹੋ ਬੱਚਿਓ ਕਿ 1 ਮਹੀਨੇ ਦੇ ਵਿੱਚ ਸਾਡੀ ਤਿਆਰੀ ਹੋ ਜੇ, ਜਿਹੜੀ 1 ਮਹੀਨੇ ਵਾਲੀ ਤਿਆਰੀ ਹੈ ਨਾ, ਫਿਰ ਉਹ ਬੱਚੋ ਤੁਸੀਂ ਪੇਪਰ ਦੇ ਵਿੱਚ ਭੁੱਲ ਜਾਓਗੇ ਸਾਰਾ ਕੁਝ, ਠੀਕ ਹੈ। ਜਿਵੇਂ ਮੈਂ ਆਪਦੇ ਹਿਸਾਬ 'ਤੇ ਤੁਹਾਨੂੰ ਪੜ੍ਹਾਊਂਗਾ, ਜੇ ਕਿਸੇ ਬੱਚੇ ਨੂੰ ਬਾਹਲੀ ਕੋਈ ਜਲਦੀ ਹੈ ਭਾਈ, ਠੀਕ ਹੈ, ਜੇ ਬਾਹਲੀ ਕਾਹਲੀ ਹੈ ਕੋਈ, ਤਾਂ ਭਾਈ ਤੁਸੀਂ ਆਪਣੀਆਂ ਬੁੱਕਸ ਵੀ ਲੈ ਸਕਦੇ ਹੋ, ਮਾਰਕੀਟ ਦੇ ਵਿੱਚ ਬਹੁਤ ਬੁੱਕਸ ਮਿਲਦੀਆਂ ਹੈਗੀਆਂ, ਮੈਥ ਦੀਆਂ ਵੀ ਮਿਲੀ ਜਾਂਦੀਆਂ ਹੈਗੀਆਂ, ਜੀਕੇ ਦੀਆਂ ਵੀ ਮਿਲੀ ਜਾਂਦੀਆਂ, ਰੀਜਨ ਦੀਆਂ ਮਿਲੀ ਜਾਂਦੀਆਂ, ਬੁੱਕਾਂ ਦਾ ਕੋਈ ਘਾਟਾ ਨਹੀਂ ਹੈਗਾ। ਬੁੱਕਾਂ ਵਾਧੂ ਪਈਆਂ, ਪੰਜਾਬ ਜੀਕੇ ਲਈ ਵੀ ਚੱਕ ਲਓ, ਜਿਹੜੀ ਚੱਕਣੀ ਆ ਸਾਡਾ ਪੰਜਾਬ ਚੱਕ ਲਓ, ਹੋਰ ਚੱਕ ਲਓ, ਪਰ ਸਾਡਾ ਪੰਜਾਬ ਪੜ੍ਹਨ ਵਾਸਤੇ ਤੁਹਾਨੂੰ 3 ਮਹੀਨੇ ਚਾਹੀਦੇ ਆ। ਉਹਦੇ ਵਿੱਚ ਤੁਹਾਨੂੰ ਕੀ ਪਤਾ ਕਿ ਕਿਹੜੀ ਚੀਜ਼ ਮਹੱਤਵਪੂਰਨ ਹੈਗੀ ਹੈ, ਕਿਹੜੀ ਚੀਜ਼ ਨਹੀਂ ਪੜ੍ਹਨੀ। ਸਾਡਾ ਪੰਜਾਬ ਬੁੱਕ ਦੇ ਵਿੱਚ ਸਭ ਤੋਂ ਵੱਧ 20 ਪੇਜ ਆ ਜਿਹੜੇ ਕੰਮ ਦੇ ਆ ਪੜ੍ਹਨ ਵਾਲੇ, ਅਤੇ ਬਾਕੀ ਉਹਦੇ ਵਿੱਚ ਘੱਟੋ ਘੱਟ 400-500 ਪੇਜ ਆ, ਤੁਹਾਨੂੰ ਕਿਵੇਂ ਪਤਾ ਲੱਗੂ 20 ਪੇਜ ਕਿਹੜੇ ਕਿਹੜੇ ਆ? ਤਾਂ ਕਰਕੇ ਪੁੱਤ ਗਿਆਨੀ ਗੁਰੂ ਨਾ ਬਣਿਆ ਕਰੋ। ਪਤਾ ਕੀ ਚੱਕਰ ਹੈ? ਦੇਖੋ, ਤੁਹਾਡਾ ਕੰਮ ਹੈਗਾ ਸਿਰਫ ਇਕੱਲਾ ਪੜ੍ਹਨਾ, ਮੇਰਾ ਕੰਮ ਹੈਗਾ ਤੁਹਾਨੂੰ ਕੰਟੈਂਟ ਦੇਣਾ। ਜੇ ਤੁਸੀਂ ਦੋਨੇ ਚੀਜ਼ਾਂ ਭਾਲੋਗੇ, ਉੱਧਰ ਤੁਸੀਂ ਕੰਟੈਂਟ ਭਾਲੋ, ਉੱਧਰ ਤੁਸੀਂ ਕਹੋ ਅਸੀਂ ਪੜ੍ਹ ਲਈਏ, ਤਾਂ ਫਿਰ ਦੋ ਕੰਮ ਕਦੇ ਨਹੀਂ ਹੁੰਦੇ ਹੁੰਦੇ। ਜਾਂ ਤਾਂ ਤੁਹਾਨੂੰ ਕੰਟੈਂਟ ਮਿਲੂਗਾ, ਜਾਂ ਤੁਸੀਂ ਸਟੱਡੀ ਕਰੋਗੇ। ਪਹਿਲਾਂ ਤੁਸੀਂ ਕੰਟੈਂਟ ਲੱਭ ਲੱਭ ਕੇ ਥੱਕ ਜਾਓਗੇ, ਠੀਕ ਹੈ, ਅਤੇ ਬਾਅਦ ਵਿੱਚ ਤੁਸੀਂ ਪੜ੍ਹਾਈ ਕਰੋਗੇ। ਕੰਟੈਂਟ ਜਦੋਂ ਤੁਹਾਨੂੰ ਮੈਂ ਲਿਆਈ ਜਾਂਦਾ, ਤੁਸੀਂ ਚੁੱਪ ਕਰਕੇ ਪੜ੍ਹੀ ਚੱਲੋ ਬਸ। ਜਿਹੜੀ ਭਾਵੇਂ ਮੈਂ ਚੀਜ਼ ਥੋੜ੍ਹੀ ਦੇਵਾਂ, ਚਾਹੇ ਮੈਂ ਚੀਜ਼ ਬਾਹਲੀ ਦੇਵਾਂ, ਜਿਹੜੀ ਚੀਜ਼ ਦੇਊਂਗਾ ਉਹ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਐਂ ਫਿੱਟ ਕਰ ਲਓ ਨਾਟਕ ਨੂੰ। ਓਕੇ ਜੀ, ਨਾਟਕ ਨੂੰ ਦਿਮਾਗ ਦੇ ਵਿੱਚ ਫਿੱਟ ਕਰ ਲਓ, ਫਿਰ ਅੱਗੇ ਵਧੋ। ਓਕੇ ਜੀ, ਅਤੇ ਮੈਥ ਦਾ ਲੈਕਚਰ ਵੀ ਲੱਗੂਗਾ, ਰੀਜ਼ਨਿੰਗ ਦਾ ਵੀ ਲੱਗੂਗਾ, ਅਤੇ ਰੀਜ਼ਨਿੰਗ ਦਾ ਭਾਈ ਆਪਣਾ ਕੱਲ੍ਹ ਰੈਂਕਿੰਗ ਮੁੱਕ ਗਈ, ਠੀਕ ਹੈ, ਰੈਂਕਿੰਗ ਦੇ ਵਿੱਚ 5ਵਾਂ ਸਵਾਲ ਦੇ ਵਿੱਚ ਉਹਨੂੰ ਪ੍ਰੋਬਲਮ ਆ ਰਹੀ ਸੀ, ਉਹ ਆਪਾਂ ਅੱਗੇ ਕਰਾਂਗੇ, ਅਤੇ ਧੰਨਵਾਦ ਮੇਰੇ ਦੋਸਤੋ ਜਾਉਂਦੇ ਵੱਧਦੇ ਰਹੋ, ਅਤੇ ਇੱਕ ਨਾ ਵੱਧ ਤੋਂ ਵੱਧ ਵੀਡੀਓ ਲਾਈਕ ਕਰਦਿਆ ਕਰੋ, ਮਿਹਨਤ ਵਾਲੀ ਗੱਲ ਹੀ ਹੈ, ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਵੀਡੀਓ, ਅਤੇ ਜਿਹੜੇ ਅੱਜ ਕਰਵਾਇਆ ਭਾਈ ਇਹ ਯਾਦ ਕਰ ਲਿਓ, ਇਹਦਾ PDF ਸਾਨੂੰ ਮਿਲ ਜੂਗਾ ਬਾਅਦ 'ਚ। ਧੰਨਵਾਦ ਮੇਰੇ ਦੋਸਤੋ ਜਾਉਂਦੇ ਵੱਧਦੇ।